ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ. ਮੈਂ ਅਮਨਦੀਪ ਕੌਰ, ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ. ਹੋਰ ਸੁਣਾਓ ਜੀ, ਸਾਰਿਆਂ ਦਾ ਕੀ ਹਾਲ ਚਾਲ ਹੈ? ਉਮੀਦ ਕਰਦੀ ਹਾਂ ਸਾਰੇ ਵਧੀਆ ਹੋਣਗੇ ਜੀ, ਠੀਕ ਠਾਕ ਹੋਣਗੇ. ਸ਼ਾਮ ਦਾ ਟਾਈਮ ਹੈ ਜੀ, ਪਿਓ ਪੁੱਤ ਜਾਣ ਲੱਗੇ ਨੇ ਰਾਜਪੁਰੇ, ਅਤੇ ਮੈਂ ਲੈ ਕੇ ਆਈ ਸੀਗੀ ਫੁੱਲਾਂ ਦੀ ਪਨੀਰ. ਖੇਤਾਂ ਇਹ ਜਾਣ ਲੱਗੇ ਜੀ ਖੇਤਾਂ 'ਚ, ਅਤੇ ਆਪਾਂ ਫੁੱਲਾਂ ਦੀ ਪਨੀਰੀ ਲੈ ਕੇ ਆਏ ਸੀਗੇ ਅੱਜ. ਬਾਏ. ਤੇ ਇੱਧਰ ਆਏ ਹੋਏ ਨੇ ਸਾਡੇ ਦੀਦੀ. ਦੀਦੀ ਹੈਲੋ ਕਰੋ ਸਾਰਿਆਂ ਨੂੰ. ਹੈਲੋ. ਤੇ ਉਧਰ ਬੈਠੇ ਸਾਡੇ ਪਾਪਾ ਜੀ, ਅੱਜ ਪੂਰੀ ਟੋਰ ਸ਼ੋਰ ਕੱਢੀ ਹੋਈ ਸਾਡੇ ਪਾਪਾ ਜੀ ਨੇ. ਪਾਪਾ ਜੀ ਹੈਲੋ ਕਰ ਦੋ ਅੱਜ ਸਾਰਿਆਂ ਨੂੰ, ਟੋਰ ਸ਼ੋਰ ਕੱਢੀ ਹੋਈ. ਹੈਲੋ ਹਾਏ, ਹੱਥ ਹਿਲਾ ਕੇ, ਹੱਥ ਹਿਲਾ ਕੇ ਹੈਲੋ ਹਾਏ. ਹੈਲੋ, ਕਹਿੰਦੇ ਕਿਵੇਂ ਆ ਸਾਰੇ? ਹਾਂ ਹਾਂ, ਠੀਕ ਠਾਕ ਹੈ. ਹੋਰ ਟੈਕੀ ਭਰਤੀ ਤੇ ਤੁਸੀਂ? ਭਰਤਾ ਤੇ. ਅੱਛਾ, ਪਾਣੀ ਚੋਕ ਇੱਧਰ. ਲਓ ਜੀ, ਆਪਾਂ ਨਾਲੇ ਲਾਈਏ ਫੁੱਲਾਂ ਦੀ ਪਨੀਰੀ, ਠੀਕ ਹੈ? ਤੇ ਨਾਲੇ ਤੋੜੀਏ ਆਪਾਂ ਮੇਥੇ. ਅੱਜ ਆਪਾਂ ਬਣਾਈਏ ਆਲੂ ਮੇਥਿਆਂ ਦੀ ਭੁਰਜੀ, ਠੀਕ ਹੈ? ਪਨੀਰੀ ਲਾਉਣ ਵਾਸਤੇ ਪਾਪਾ ਜੀ ਕਹੀ ਨੀ ਹੈਗੀ, ਕਹੀ ਕਿੱਥੇ ਹੈ? ਹਾਏ, ਦੇਖੀ ਪਤਾ ਮੈਨੂੰ. ਐ ਕਰੋ ਫਿਰ ਦੀਦੀ, ਤੁਸੀਂ ਮੇਥੇ ਤੋੜ ਦੋ, ਮੈਂ ਉਹ ਕਰਾਂ, ਮੈਂ ਹਲਾ ਦਾ ਫੁੱਲਾਂ ਦੀ ਪਨੀਰੀ. ਮੈਂ ਤੁਹਾਨੂੰ ਇੱਕ ਪੋਈਆ ਦੇ ਦਵਾਂ, ਪਰਲੀ ਸਾਈਡ ਹੋ ਜਾਓ, ਪਰਲੀ ਸਾਈਡ. ਚੁੰਨੀ ਨੂੰ ਕਹਿ ਰਹੀ ਹਾਂ,
ਖਾਦ ਲਾ ਕੇ ਪਾਣੀ ਮਿਲ ਜਾਵੇ ਇਹਨਾਂ ਨੂੰ ਵਾਧੂ ਚੱਲ ਜਾਣਾ ਕਿੰਨਾ ਸਬਜ਼ੀ ਦਾ ਇੱਕ ਵਾਰੀ ਕਹਾਣੀ ਉਹ ਕਰੀ ਵੀ ਬਸ ਤੁਸੀਂ ਮੇਥੇ ਮੱਥੇ ਚੜਾ ਦਿਓ ਬਾਕੀ ਦਾ ਮੈਂ 5 ਮਿੰਟ ਮੈਂ ਤਿਆਰ ਕਰ ਦੇਣਾ ਸਾਰਾ ਸਮਾਨ ਭਾਈ ਨਾਲ ਤਾਂ ਗੱਲ ਆਹ ਲੈ ਲਈਏ ਮਾੜਾ ਮੋਟਾ ਨਾਲ ਗੱਲ ਕਰੀ ਕੰਮ 'ਚ ਨਾ ਭਾਈ ਕੰਮ 'ਚ ਉਹ ਨਹੀਂ ਹੈਗੀ ਸਾਡੀ ਕੋਈ ਕੰਮ ਬਥੇਰਾ ਕਰਦੀ ਹੈ ਅੱਜ ਕੱਲ੍ਹ ਨਹੀਂ ਹੈਗੀ ਬੂਹਾਂ ਤਾਂ ਡਰਾਂ ਤਾਂ ਮੇਰੇ ਵਰਗੀਆਂ ਮਿਲ ਗਈਆਂ ਹੈ ਅਤੇ ਮੇਰੇ ਵਰਗੀ ਨੂੰਹਾਂ ਮਿਲ ਗਈਆਂ ਤਾਂ ਇਹ ਤਾਂ ਡਰਦੇ ਹੈ ਨਾ ਭਾਈ ਹੱਸਣੇ ਗੀਆਂ 100 ਗੱਲਾਂ ਸਾਰਾ ਕੁਛ ਲਾਇਆ ਵਧੀਆ ਭਜਾਈ ਨੇ ਸਾਰੀ ਸਬਜ਼ੀ ਲਈ ਨਹੀਂ ਆਲੂ ਵਿੱਚ ਬਣਾਉਣੇ ਹਾਂ ਵਿੱਚ ਧਨੀਆ ਪਾ ਲੂੰਗੇ ਸੋਹਣਾ ਥੋੜ੍ਹੀ ਜਿਹੀ ਪਾਲਕ ਜੀ ਪਾ ਲੂੰਗੇ ਕਹੀ ਹੁੰਦੀ ਨਾ ਸੌਖਾ ਪੱਟ ਹੋ ਜਾਂਦਾ ਛੇਤੀ ਛੇਤੀ Yeah.
ਸਿਲੰਡਰ ਭਰਾਉਣਾ ਤਾਂ ਹਵੇ ਅੱਜ, ਫਿਰ ਰਾਜਪੁਰੇ ਜਾਣੇ ਕਰਕੇ ਭਰਾਉਣੀ ਹੋ ਚੱਲ ਕੋਈ ਅਗਲੇ ਅੱਧੇ ਕੰਮ ਖਾ ਲਿਆ। ਹੋਰ ਗਏ ਬੰਦੇ ਦਾ ਟਾਈਮ ਲੱਗੇ ਜਾ ਰਿਹਾ ਫਿਰ ਟਾਈਮ ਵੀ ਬਾਅਦ ਮੈਂ ਤਾਂ ਨਾ ਤੁਹਾਡੇ ਤੇ ਉਹ ਮੰਗਾਉਣਾ ਤਾਂ ਵਾਲੇ ਦੇ ਉਦਮ ਕੇ ਹਲਾਲੀ ਆ ਬਣੈਨਾ ਵੀ ਚੱਲ ਤੁਹਾਨੂੰ ਤਾਂ ਵਾਲਾ ਪੈਂਦਾ ਹੈ ਹਨਾ, ਮਨ ਨੂੰ ਇੱਥੇ ਜਾਣਾ ਔਖਾ ਲੱਗਣਾ ਸੀ, ਮੈਨੂੰ ਨਾ ਪਤਾ ਤਾਂ ਵੀ ਤੁਸੀਂ ਆਉਣਾ ਯਾਰ ਉਹ ਹੈ ਜਿਹੜੀ ਦੁਕਾਨ ਵਿੱਚ ਤੁਸੀਂ ਜਾਂਦੇ ਤੇ ਆ ਮੂਰੇ ਜੇ ਹੈ ਨੀ ਇੱਥੇ ਹੋਲਸੇਲ ਵਾਲੀ ਉੱਥੇ ਦੇ ਸੋਨੀ ਵਾਲਿਆਂ ਦੀ ਮੈਨੂੰ ਨਾਮ ਨੂੰ ਨਹੀਂ ਯਾਦ ਹੈਗਾ ਜਿਹੜੀ ਔਨ ਰੋਡ ਹੈ। ਹਾਂ 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 ਲੈ ਸਾਰ ਤਾਂ ਤੁਸੀਂ ਮੇਰੇ ਕੋਲ ਖਾ ਲਓ ਖਾਣਾ। ਹਾਂ ਮੱਖਣੀ ਅੱਜ ਵਾਧੂ ਹੈ, ਪਹਿਲਾਂ ਮੈਂ ਘੀ ਗਰਮ ਕਰ ਲੈਗਾ, ਮੱਕੀ ਰੋਟੀ ਵੀ ਬਣਾ ਕੇ ਖਿਲਾ ਦੂੰਗੀ। ਹੋਰ ਦੱਸ ਹੈ ਜੇ ਨਾਨੀ ਦੂਣੀ ਨੇ ਮੱਕੀ ਦੀ ਰੋਟੀ ਦਾ ਸਾਗ ਖਿਲਾਇਆ ਹੋਰ ਕਿਹਨੂੰ ਖਿਲਾਏਂਗੇ। ਚੱਲ ਕੋਈ ਨੀ ਤੂੰ ਮੈਂ ਇੱਥੇ ਤੋੜ ਦਿੰਦਾ ਮੱਕੀ ਦੀ ਰੋਟੀ ਸਾਗ ਬੰਦੇ ਨੂੰ ਤਾਂ ਆ ਬੰਦੇ ਨੇ ਨਹੀਂ ਆਣਾ ਤਾਂ ਇੱਧਰ ਬੈਠੇ ਬੰਦੇ ਨੇ ਵੀ ਰਿਸ਼ਵਤ ਵੀ ਮਿਲੀ ਵੀ ਹੈ। ਅੱਛਾ ਕਿਆ ਤੁਸੀਂ ਕਿਹਾ ਨਾ ਮੈਂ ਸਾਗ ਮੱਕੀ ਰੋਟੀ ਬਣਾਣੀ ਹੈ, ਕਿਹੜੀ ਇੱਕ ਕੋਲੀ ਮੇਰੇ ਵਾਸਤੇ ਹੀ ਬਣਾ ਦਿਓ, ਮੈਂ ਕਿਹਾ ਲਿਆਓ ਤਾਂ ਮੇਰੇ ਕੋਲ ਹੀ ਪਿਆ, ਕਿਹੜੀ ਫਿਰ ਮੈਨੂੰ ਖਿਲਾ ਦੀ ਮਾਂ ਠੀਕ ਹੈ ਕਿਹੜੀ ਮੱਕੀ ਰੋਟੀ ਵੀ, ਮੈਂ ਕਿਹਾ ਹਾਂ ਕਿਹੜੀ ਮਾਂ ਕਹਿਣੀ ਹੈਗੀ ਮਾਂ ਪਹਿਲਾਂ ਤਾਂ ਹੈ ਨਹੀਂ ਅੱਜ ਹੈਗੀ ਹੈ, ਮੈਂ ਚੱਲ ਤੂੰ ਮੇਰੇ ਤੋੜ ਤੈਨੂੰ ਮੱਕੀ ਰੋਟੀ ਕਿਹੜੀ ਮਾਂ ਉਹ ਤਾਂ ਚੱਲ ਮੈਂ ਉਹ ਵੀ ਤੋੜ ਦੂੰਗੀ ਜੋ ਕੋਈ ਦੰਦਾ ਵੀ ਨਹੀਂ ਹੈ ਨਾ ਬਿਨਾਂ ਰਿਸ਼ਵਤ ਕਰੇ ਨਾ ਮਾੜੀ ਚੀਜ਼ ਹੋਵੇ ਤਾਂ ਵੀ ਦੇ ਦੇ ਜੇ ਪੁੱਛ ਲਓ ਲੇਟ ਯਾਦ ਆਈਆਂ ਸੋਚ ਸੋਚ ਕੇ
ਮੈਂ ਕਿਹਾ ਐਤਕੀ ਮੇਰੀ ਸਾਰੀ ਗਿਆਰੀਆਂ ਖਾਲੀ ਰਹਿ ਗਈਆਂ ਫੁੱਲਾਂ ਦੇ, ਹੁਣ ਤੱਕ ਤਾਂ ਫੁੱਲ ਖਿਲੇ ਵੇ ਹੋਏ ਤੇ। ਹਾਂ ਐਤਕੀ ਪਤਾ ਨਹੀਂ ਕਿਹੋ ਜਿਹੇ ਕੰਮ ਦੇ ਨੇ ਉਲਝ ਜੇ। ਮੈਂ ਫੁੱਲਾਂ ਦੇ ਮੇਰੀ ਐਨੀ ਬੀਜੀ ਵੀ ਤੀ ਉਹ ਸਾਰੇ ਸੁੱਕ ਗਏ। ਅੱਛਾ ਕੁਛ ਤਾਂ ਸੁੰਡੇ ਜੇ ਖਾ ਗਏ ਫਿਰ ਰਹਿ ਗਏ। ਲਓ ਜੀ ਆਹ ਆਪਣੇ ਇੰਨੀ ਕੁ ਫੁੱਲਾਂ ਦੀ ਪਨੀਰੀ ਲਾ ਤੀ ਇੱਥੇ, ਅਤੇ ਆਹ ਕਬਾੜ ਜਿਹਾ ਸਾਰਾ ਪੱਟ ਤਿਆ ਹੈ ਨਾ, ਅਤੇ ਇੱਧਰ ਲਾਉਂਦੀ ਹਾਂ ਹੁਣ, ਇੱਧਰਲੀ ਸਾਈਡ ਵੀ ਲਾ ਦਈਏ, ਖੁਰਪੀ ਨਾਲ ਪੱਟ ਜੀ ਕੇ ਲਾ ਦਿੰਦੀ ਹਾਂ ਹੈ ਨਾ, ਕਹੀ ਨਾਲ ਤਾਂ ਪੱਟ ਨਹੀਂ ਹੋ ਰਿਹਾ ਸਮਾਰ ਕੇ। ਜਿਹੜੀ ਘਟੂਗੀ ਹੈ ਨਾ ਉਹ ਫੇਰ ਲਾ ਦਾਂਗੇ ਲਿਆਣ ਕੇ, ਕਹੀ ਨਾਲ ਨਹੀਂ ਨਾ ਸਮਾਰ ਕੇ ਪੱਟ ਹੋ ਰਿਹਾ ਜਿੰਨਾ ਖੁਰਪੀ ਨਾਲ ਪੱਟ ਹੁੰਦਾ ਹੈ। ਕਹੀ ਨਾਲ ਤਾਂ ਮਿੱਟੀ ਇਕੱਠੀ ਜਿਹੀ ਹੋ ਰਹੀ ਹੈ, ਖੁਰਪੀ ਨਾਲ ਪੱਟ ਕੇ ਮਿੱਟੀ ਔਖੀ ਛੱਡ ਹੋ ਜਾਂਦੀ ਹੈ। ਬਸ ਫਿਰ ਇਹਨੂੰ ਮੋਟਰ ਚਲਾ ਕੇ ਪਾਣੀ ਛੱਡ ਦੂੰਗੀ। ਹੁਣ ਉਹਦਾ ਐਡੇ ਐਡੇ ਫੁੱਲ ਹੋ ਜਾਣੇ ਸੀਗੇ ਜੇ ਉਹ ਕਹਿੰਦੇ ਤੇ ਫੁੱਲਾਂ ਦੀ ਪਨੀਰੀ ਨਾ ਸੁੱਕਦੀ ਨਾ ਉਹਨੂੰ ਸੁੰਡੀ ਨਹੀਂ ਲੱਗਦੀ। ਸਰਦਾਰ ਜੀ ਕੱਖ ਚੱਕ ਲਏ ਮੇਰੇ ਖੇਤਾਂ ਚੋਂ ਆ ਗਏ, ਕਾਲਾ ਸੂਟ ਤਾਂ ਬਸ ਧੋਣ ਵਾਲਾ ਹੀ ਹੋ ਜਾਣਾ। ਕੰਮ ਕਰਦੇ ਹੋਏ ਠੰਡ ਵੀ ਲੱਗਦੀ ਹੈ ਪਰ ਇਹ ਵੀ ਫਿਰ ਗਰਮ ਸਰਦ ਹੋ ਗਏ ਕਿਤੇ ਬਿਮਾਰ ਵੀ ਨਾ ਹੋ ਜਾਵਾਂ। ਫਿਰ ਰੋਟੀ ਕਿਹਨੇ ਬਣਾਉਣੀ ਹੈ, ਹੁਣ ਤਾਂ ਸਾਡੇ ਮੰਮੀ ਵੀ ਨਹੀਂ ਹੈਗੇ, ਜੇ ਬਿਮਾਰ ਹੋ ਕੇ ਪੈ ਗਈ ਵੀ ਰੋਟੀ ਮੇਰੀ ਸੱਸ ਬਣਾ ਦੂਗੀ ਬਾਈ। ਠੀਕ ਹੈ ਸਗੋਂ ਮੇਰੇ ਚੂੜੀਆਂ ਲਿਆਉਣੀਆਂ ਰਹਿੰਦੀਆਂ ਨੇ ਹਜੇ ਸੂਟ ਲੱਗਦੀਆਂ ਮੈਚਿੰਗ ਕਰਕੇ, ਉਹ ਰਹੇ ਗਈਆਂ ਅੱਜ ਵੀ ਚੂੜੀਆਂ ਦਾ ਨਹੀਂ ਅੱਜ ਲਿਆਉਣੀਆਂ ਸੀਗੀਆਂ ਮੈਂ, ਬਸ ਆਹ ਕਰਕੇ ਫਿਰ ਮੇਥੇ ਤੋੜ ਲਉਂਗੇ ਥੋੜ੍ਹ ਜਿਹੇ ਦੀਦੀ ਤੋੜ ਕੇ, ਬਸ ਥੋੜ੍ਹ ਜਿਹੇ ਮੈਂ ਤੋੜ ਲਉਂਗੀ ਹੁਣ। ਕੁਛ ਇਸ ਵਾਰ ਨਾ ਇਹੋ ਜਿਹੇ ਉਲਝੇ ਬਈ, ਨਾ ਤਾਂ ਫੁੱਲ ਬੂਟੇ ਲੱਗੇ ਸਵਾਰ ਕੇ ਨਾ ਕੁਛ ਨਾ ਟਾਈਮ ਲੱਗਿਆ, ਬਸ ਬਸ ਹੁਣ ਆਪਾਂ ਫੁੱਲ ਬੂਟੇ ਲਾਉਣ ਤੇ ਹੀ ਹੈ। ਕਹਿਣਗੇ ਐ ਕਹਿੰਦੀ ਹੈ ਵਿੱਚ ਗੈਂਦੀ ਜੀ ਹੋ ਗਈ। ਫੇਰ ਜਾ ਜੈਰੀ, ਇਹ ਪਤਾ ਨੀ ਕਿਵੇਂ ਦੇ ਲੱਗਣਗੇ ਫੁੱਲ ਬਾਈ, ਜਦੋਂ ਹੋ ਜਾਣਗੇ ਉਦੋਂ ਪਤਾ ਲੱਗੂਗਾ ਵੀ ਕਿੱਦਾਂ ਦੇ ਫੁੱਲ ਨੇ ਆਹ। ਬਸ ਲਾ ਦਈਏ ਹੁਣ ਤਾਂ ਫਟਾਫਟ, ਵੈਸੇ ਇੱਥੇ ਫੁੱਲਾਂ ਦੀ ਪਨੀਰੀ ਹੋਰ ਵੀ ਬਹੁਤ ਜੰਮ ਜਾਣੀ ਹੈ ਜਦੋਂ ਮੀਂਹ ਪੈ ਗਿਆ ਇੱਕ ਦੋ, ਹੈ ਨਾ ਫਿਰ ਵਾਧੂ ਪਨੀਰੀ ਜੰਮ ਜਾਣੀ ਹੈ ਕਿਉਂਕਿ ਬੀਜ ਬਹੁਤ ਗਿਰੇ ਹੋਏ ਨੇ ਨਾ ਇੱਥੇ ਫੁੱਲਾਂ ਦੇ, ਪਰ ਹਜੇ ਮੀਂਹ ਦੀ ਲੋੜ ਨਹੀਂ ਹੈਗੀ ਸਾਨੂੰ ਬਈ, ਰੱਬ ਅੱਗੇ ਅਰਦਾਸ ਹੈ ਵੀ ਹਜੇ ਮੀਂਹ ਨਾ ਪਾਈ ਕਿਉਂਕਿ ਹਜੇ ਸਾਰੀ ਕਣਕ ਬੀਜਣ ਤੋਂ ਪਈ ਹੈ। ਰੱਬਾ ਰੱਬਾ ਹਜੇ ਮੀਂਹ ਨਹੀਂ ਪਾਉਣਾ।
ਉਹ ਹੁੰਦੇ ਆ ਆਈਸ ਪਲਾਂਟ, ਉਹ ਵਾਲੇ ਵੀ ਲਾਵਾਂਗੇ ਲਿਆਉਣ ਕੇ। ਬਸ ਹੁਣ ਇਹਨਾਂ ਦੀ ਸਫਾਈ ਹੋ ਗਈ, ਹੌਲਾ ਹੌਲਾ ਲਾਈ ਜਾਣੀ, ਜਿਵੇਂ ਹੁਣ ਇਹ ਲੱਗ ਗਏ ਫਿਰ ਉਹ ਲਾ ਦੂੰਗੀ। ਇਹਦੇ ਵਿੱਚ ਤਾਂ ਪਨੀਰੀ ਬਾਲੀ ਛੋਟੀ ਛੋਟੀ ਪੱਟੀ ਹੋਈ ਆ, ਦੇਖੋ ਜਮਾਂ ਛੋਟੇ ਛੋਟੇ ਨੇ, ਵਿੱਚ ਵਿੱਚ ਤਾਂ ਬੂਟੇ। ਉੱਧਰ ਤੋਂ ਸਫਾਈ ਕਰ ਦੂੰਗੀ ਫਿਰ ਉੱਧਰ ਲਾ ਦੂੰਗੀ ਲਿਆ ਕੇ। ਪਾਪਾ ਜੀ ਸਾਡੇ ਕਹਿਣਗੇ ਮੈਂ ਇੱਥੇ ਲਸਣ ਲਾਊਂਗਾ, ਮੈਂ ਇੱਥੇ ਫਲਾਣੀ ਚੀਜ਼ ਲਾਊਂਗਾ, ਨਹੀਂ ਨਾ ਇੱਥੇ ਤਾਂ ਅਸੀਂ ਫੁੱਲ ਬੂਟੇ ਲਾਵਾਂਗੇ। ਲਓ ਜੀ ਫੁੱਲ ਸਾਰੇ ਆਪਾਂ ਨੇ ਲਾ ਤੇ, ਠੀਕ ਹੈ। ਇੱਧਰ ਲਾਏ ਗੈਂਦੇ ਦੇ ਫੁੱਲ, ਉਹ ਵਿੱਚ ਹੋਰ ਹੈ, 1, 2, 3, 4, 5 ਤਰ੍ਹਾਂ ਦੇ ਫੁੱਲ ਲੱਗ ਗਏ, 6ਵੇਂ ਤਰ੍ਹਾਂ ਆਹ ਰਹਿ ਗਿਆ ਕਿਉਂਕਿ ਜਗ੍ਹਾ ਥੋੜ੍ਹੀ ਘੱਟ ਬਣੀ ਹੈ, ਫਿਰ ਇੱਧਰ ਬਣਾਉਂਗੀ ਕੱਲ੍ਹ ਨੂੰ ਜਗ੍ਹਾ, ਹੈ ਨਾ। ਇਹਨੂੰ ਛੱਡ ਦਿੰਦੀ ਹੈ, ਹਾਏ ਹਾਏ, ਇੱਕ ਤਾਂ ਨਾ ਪੈਰਾਂ ਭਾਰ ਬੈਠ ਕੇ ਲਾਏ ਨਾ ਥੱਕ ਗਈ, ਪਿੰਡਲੀਆਂ ਜਿਹੀਆਂ ਲੱਗ ਗਈਆਂ ਦੁਖਾਂ, ਅਤੇ ਹੁਣ ਮੇਥੇ ਤੋੜੀ ਜੀ ਸਿਰੇ ਲਾਈਏ ਮੇਥੇ, ਐਂ ਤਾਂ ਫਿਰ ਅੱਧੀ ਰਾਤ ਹੋ ਜਾਣੀ ਮੇਥੇ ਤੋੜ ਦੇਣਾ। ਸਰਦਾਰ ਜੀ ਨੇ ਮੇਰੇ ਲਿਆ ਦਵਾਈ ਦਵਾ ਕੇ ਲਿਆਉਣੀ ਹੈ, ਮੈਂ ਕਹਿੰਦੇ ਮੇਰਾ ਬੀ ਪੀ ਜਿਹਾ ਡਾਉਣ ਲੱਗ ਰਿਹਾ, ਥੱਕ ਜੀ ਗਿਆ। ਖੇਤਾਂ 'ਚ ਵੀ ਕਣਕ ਬੀਜਣ ਗਏ ਹੋ ਸੀਗੇ, ਉੱਥੇ ਕਹਿੰਦੇ ਹੋਰ ਤਰ੍ਹਾਂ ਹੀ ਲੱਗ ਗਿਆ ਹੁਣ। ਮੈਂ ਕਿਹਾ ਫਟਾਫਟ ਮੇਥੇ ਤੋੜ ਦਿੰਦੀ ਹਾਂ, ਬਣਾ ਤਾਂ ਜੇ ਜਦ ਮਰਜ਼ੀ ਲਵਾਂ, ਇਹ ਤਾਂ ਸਾਗ ਪਿਆ, ਜੇ ਲੱਗਿਆ ਵੀ ਜ਼ਿਆਦਾ ਹਨੇਰਾ ਹੋ ਗਿਆ ਤਾਂ ਕੁਛ ਨਾ, ਫਿਰ ਸਾਗ ਬਣਾ ਲਵਾਂਗੇ ਨਾ, ਸਾਗ ਨਾਲ ਖਾ ਲਵਾਂਗੇ ਰੋਟੀ, ਸਵੇਰ ਬਣਾ ਲਵਾਂਗੇ, ਬਸ ਤੋੜ ਕੇ ਰੱਖ ਲਵਾਂਗੇ। ਇਹ ਹੈ ਵੀ ਚਲੋ ਸਿਮਰੇ ਸਿਮਰੇ ਟੁੱਟ ਗਏ, ਵੀ ਸਮਾਰਨੇ ਦੀ ਲੋੜ ਨਹੀਂ ਹੈਗੀ। ਦੀਦੀ ਸਮਾਰਨੇ ਦੀ ਲੋੜ ਤਾਂ ਨਹੀਂ ਹੈ, ਸਾਫ਼ ਸਾਫ਼ ਤੋੜੇ ਨਾ, ਤਾਂ ਉੱਪਰ ਉੱਪਰ ਨਹੀਂ ਤੋੜੇ ਆਪਾਂ, ਬਸ ਠੀਕ ਹੈ ਠੀਕ, ਪੱਲਾ ਪੱਲਾ ਮਿੱਠਾ ਸਭ ਵਧੀਆ। ਹਾਂ ਉਹ ਵਿੱਚ ਤੇ ਉਹ ਨਹੀਂ ਕਰਿਆ ਕਿਸਾਨ ਤਾਂ ਨਾ, ਠੀਕ ਹੈ ਤੇ ਮੈਨੂੰ ਸਮਾਰਨੇ ਦੀ ਲੋੜ ਨਹੀਂ ਪੈਣੀ। ਮੈਂ ਜਦੋਂ ਕਰੇ ਪਹਿਲੀ ਵਾਰ ਤੋੜਦੇ ਨਾ, ਮੈਂ ਇਹੀ ਕਿਹਾ ਵੀ ਉੱਪਰ ਉੱਪਰ ਤੋਂ ਤੋੜਨੀ ਹੈ, ਨਹੀਂ ਨਾਲੇ ਇਹ ਹੈ ਨਾ ਲੰਬੀ ਡੰਡੀਆਂ ਦਾ ਕੋਈ ਫਾਇਦਾ ਨਹੀਂ, ਪਰ ਮਾਰਕੀਟ ਤੇ ਨਹੀਂ ਆਪਣੇ ਤਾਂ ਖੇਤ ਨਾਲ ਵੀ ਉੱਪਰ ਤੇ ਫਿਰ ਇਹ ਗਰੀਬ ਹੈ ਗੋਭੀ ਕਿੱਥੇ ਹੋਈ ਹੈ। ਗੋਭੀ ਮਾਰਕੀਟ ਨੂੰ ਆ ਰਹੀ ਹੈ, ਹੁਣ ਤਾਂ ਨਹੀਂ ਆਉਂਦੀ ਗੋਭੀ, ਬੈਂਗਣ ਵੀ ਨਹੀਂ ਖਾਂਦਾ ਨਾ, ਮੈਂ ਵੀ ਨਹੀਂ ਖਾਂਦੀ, ਚੱਲ ਮੈਂ ਉਹ ਹੋਵੇ ਰਹਿਣ ਦੇ ਫਿਰ ਤੋੜ ਲਾਂਗੀ।